ਉਹਨਾਂ ਦੇ ਚਿਹਰੇ ਦੀ ਜ਼ਿਆਰਤ ਕਰਨਾ ਇੱਕ ਹਜ ਦਾ ਸਵਾਬ। ਕਮਲੀ ਵਾਲੇ ਅੱਜ ਇਹਨਾਂ ਦੇ ਮਾਂ ਬਾਪ ਟੁਰ ਗਏ ਨੇ, ਮੇਰੇ ਨਬੀ ਨੇ ਫਰਮਾਇਆ ਉਹਨਾਂ ਦੀਆਂ ਕਬਰਾਂ ਤੇ ਚਲਾ ਜਾ, ਬਾਪ ਦੀ ਕਬਰ ਦੇ ਸਰਾਣੇ ਆਲੇ ਪਾਲੇ, ਮਾਂ ਦੇ ਕਬਰ ਦੇ ਪੈਰਾਂ ਵੱਲੇ ਪਾਸੇ ਜਾ ਕੇ ਚੁੰਮ ਲੈ, ਅੱਲਾ ਦਰ ਦੇਵੇਗਾ। ਇਹ ਗੁਲਾਮ ਅਰਜ਼ ਕਰਦਾ, ਕਮਲੀ ਵਾਲੇ ਅੱਜ ਨੂੰ ਵਾਲਦੈਨ ਦੇ ਕਬਰਾਂ ਦੇ ਨਿਸ਼ਾਨ ਹੀ ਪਤਾ ਨਾ ਹੋਣ, ਮਿਟ ਗਏ ਹੋਣ। ਮੇਰੇ ਨਬੀ ਨੇ ਫਰਮਾਇਆ ਜਗ੍ਹਾ ਯਾਦ ਹੀ, ਹਾਂ ਸੋਹਣਿਆ ਜਗ੍ਹਾ ਯਾਦ ਹੈ। ਫਰਮਾਇਆ ਜਾ ਚਲਾ ਜਾ, ਇਹ ਲੱਕੜ ਲੈ ਲੈ, ਜਾ ਕੇ ਇਸ ਲੱਕੜ ਨਾਲ ਨਿਸ਼ਾਨ ਬਣਾ ਲੈ ਕਬਰ ਦਾ, ਉਸ ਨਿਸ਼ਾਨ ਨੂੰ ਚੁੰਮ ਲੈ, ਅੱਲਾ ਤੈਨੂੰ ਵੀ ਅਜਰ ਦੇਵੇ। ਤਕਰੀਮ ਕਰੋ, ਉੱਚਾ ਹੁੰਦਾ ਕਮਲੀ ਵਾਲਿਆ ਮਾਂ ਟੁਰ ਗਈ ਏ, ਜ਼ੀਸ਼ਾਨ ਦੀ ਮਾਂ ਚਲੀ ਗਈ ਏ, ਵਸੀਮ ਦੀ ਮਾਂ ਚਲੀ ਗਈ ਏ, ਨੁਮਾਨ ਦੀ ਮਾਂ ਚਲੀ ਗਈ ਏ। ਮੇਰੇ ਨਬੀ ਨੇ ਫਰਮਾਇਆ ਜੀ ਆਕਾ, ਫਰਮਾਇਆ ਸਦਕਾ ਜਾਰੀਆ ਕਰੋ ਉਹਨਾਂ ਵਾਸਤੇ। ਮਦੀਨਾ ਪਾਕ ਵਿੱਚ ਗੁਲਾਮ ਨੇ ਮਾਂ ਵਾਸਤੇ ਪਾਣੀ ਦਾ ਕੂਆਂ ਖਰੀਦਿਆ, ਵਕਫ ਕੀਤਾ। ਫਰਮਾਇਆ ਇਹ ਬਹਿਰੇ ਉਮੇ ਸਾਦ ਹੈ, ਰਸੂਲ ਅੱਲਾ ਕੇ ਗੁਲਾਮ ਹਜ਼ਰਤ ਦੇ ਸਾਦ ਕੀ ਮਾਂ ਕਾ ਕੂਆਂ ਹੈ, ਜਦ ਤੱਕ ਲੋਕ ਇਹਦੇ ਚੋਂ ਪਾਣੀ ਪੀਂਦੇ ਰਹਿਣਗੇ, ਸਾਦ ਦੀ ਮਾਂ ਨੂੰ ਕਬਰ ਵਿੱਚ ਸਵਾਬ ਮਿਲਦਾ ਰਹੇਗਾ। ਕਬਰ ਵਿੱਚ ਮਾਵਾਂ ਨੇ ਜਾਣੇ ਤੋਂ ਬਾਅਦ, ਅੱਛਾ ਇੱਕ ਹੋਰ ਸਾਹਬੀ ਅਰਜ਼ ਕਰਦੇ ਨੇ, ਸੁਣਿਆ ਮਾਂ ਟੁਰ ਗਈ ਏ, ਦੁੱਖ ਇਸ ਗੱਲ ਦਾ ਕਿ ਜਦੋਂ ਮਾਂ ਮਰੀ ਸੀ ਮੈਂ ਕੋਲ ਨਹੀਂ ਸਾ। ਕਮਲੀ ਵਾਲਿਆ ਕੋਈ ਉਜਿਆ ਅਮਲ ਦੱਸੋ ਨਾ ਮੈਂ ਕਰਾਂ ਮੇਰੀ ਮਾਂ ਨੂੰ ਫਾਇਦਾ ਹੋਵੇ। ਮੇਰੇ ਨਬੀ ਨੇ ਫਰਮਾਇਆ ਤੈਨੂੰ ਆਪਣੇ ਮਾਲ ਚੋਂ ਚੰਗੀ ਚੀਜ਼ ਕਿਹੜੀ ਲੱਗਦੀ ਏ? ਕਮਲੀ ਵਾਲਿਆ ਖਜੂਰਾਂ ਦਾ ਬਾਗ ਪੱਕਿਆ ਹੋਇਆ। ਫਰਮਾਇਆ ਲਿਆ ਨਾ, ਟੋਕਰੇ ਲੈ ਕੇ ਆਇਆ। ਮੇਰੇ ਨਬੀ ਨੇ ਦੁਆ ਫਰਮਾਈ, ਫਰਮਾਇਆ ਖਜੂਰਾਂ ਚਾ ਮਦੀਨੇ ਦੇ ਗਰੀਬ ਲੋਕਾਂ ਵਿੱਚ ਤਕਸੀਮ ਕਰ ਦੇ, ਇਹ ਅੱਲਾ ਦੀ ਮਖਲੂਕ ਖਾਏਗੀ, ਇਹਦੇ ਬਦਲੇ ਤੇਰੀ ਮਾਂ ਦੇ ਅੱਲਾ ਦਰਜਾਤ ਵੀ ਬੁਲੰਦ ਕਰੇਗਾ, ਨਾਲੇ ਤੇਰੀ ਮਾਂ ਦੀ ਰੂਹ ਵੀ ਤੇਰੇ ਤੇ ਖੁਸ਼ ਹੋ ਜਾਏ। ਮੇਰੇ ਵੀਰੋ, ਮਾਂ ਬਾਪ ਦੀ ਖਿਦਮਤ ਗੁਜ਼ਾਰੀ ਕਰੋ। ਇਹ ਗੱਲਾਂ ਕਮਲੀ ਵਾਲੇ ਨੇ ਦੱਸੀਆਂ ਨੇ, ਉਹ ਸੋਹਣੇ ਨਬੀ ਨੇ ਦੱਸੀਆਂ ਨੇ, ਫਿਰ ਕਿਉਂ ਨਾ ਕਵਾਂ ਜਾਵਾਂ ਸਦਕੇ ਕਲਮੇ ਵਾਲੇ ਤੋਂ, ਨਬੀ ਨੂਰੀ ਤਾਜਾ ਵਾਲੇ ਤੋਂ, ਸੁਣੇ ਉਮਤ ਦੇ ਰਖਵਾਲੇ ਤੋਂ, ਪੜੀਏ ਲਾ ਇਲਾ ਇਲਲਾ ਹੈ। ਫਿਰ ਮਾਂ ਹੋਵੇ, ਮਾਂ ਹੋਵੇ ਤੇ ਐਸੀ ਹੋਵੇ, ਮਾਂ ਹੋਵੇ ਨਬੀ ਦੀ ਬੇਟੀ ਵਰਗੀ, ਹਾਏ ਮਾਂ ਹੋਵੇ ਨਬੀ ਦੀ ਜ਼ੋਜਾ ਪਾਕ ਵਰਗੀ, ਇਹੋ ਜਿਹੀਆਂ ਮਾਵਾਂ ਨਾਲ ਕਿਰਦਾਰ ਹੋਵੇ, ਫਿਰ ਸੋਨੇ ਤੇ ਸੁਆ ਗਏ। ਕਿਆ ਕਹਿਣਾ, ਇਧਰ ਤੱਕ ਨਾ ਮਾਂ ਦੀ ਗੱਲ ਪਿਆ ਕਰਨਾ, ਇਧਰ ਮਾਵੇਂ ਹਸਨੈਨ ਕਰੀਮੈਨ ਦੀ ਮਾਵੇਂ ਨਬੀ ਦੀ ਬੇਟੀ ਏ, ਨਾ ਫਾਤਮਾ ਖਾਤੂਨ ਜੰਨਤ ਏ, ਫਾਤਮਾ ਤੂੰ ਜ਼ਹਰਾ ਵੇ, ਉਹ ਮਾਵੇਂ ਜਿਹੜੀ ਰਾਤੀ ਬੱਚਿਆਂ ਨੂੰ ਸੁਲਾ ਕੇ ਮੁਸੱਲੇ ਤੇ ਖੜੀ ਹੋ ਜਾਏ, ਰੋ ਰੋ ਕੇ ਦੁਆਵਾਂ ਕਰੇ, ਮੇਰੀ ਰੱਬਾ ਤੇਰੀ ਰਾਤ ਮੁੱਕ ਜਾਂਦੀ ਏ, ਲੇਕਿਨ ਫਾਤਮਾ ਦੇ ਸਜਦੇ ਨਹੀਂ ਮੁੱਕਦੇ। ਐਸੀ ਮਾਂ ਹੋਵੇ, ਐਸੀ ਮਾਂ ਹੋਵੇ ਜਿਹੜੀ ਬਾਬੇ ਦੇ ਸਾਹਮਣੇ ਆ ਜਾਏ, ਕਮਲੀ ਵਾਲਾ ਵੀ ਖਲੋ ਜਾਵੇ, ਸੈਯਦਾ ਕਹਿਣ ਬਾਬਾ ਇੰਜ ਨਾ ਕੀਤਾ ਕਰੋ ਨਾ। ਕਦੇ ਪਿਓ ਵੀ ਧੀਆਂ ਵਾਸਤੇ ਖਲੋਤੇ ਨੇ, ਰਸੂਲੁੱਲਾ ਮੱਥਾ ਚੁੰਮ ਕੇ ਫਰਮਾਨ, ਫਾਤਮਾ ਮੈਂ ਤੇਰੀ ਇੱਜ਼ਤ ਕਿਉਂ ਨਾ ਕਰਾਂ, ਤੂੰ ਉਹ ਸ਼ਾਨਾ ਵਾਲੀ ਏ ਜਿਹਦਾ ਰੱਬ ਦੇ ਫਰਿਸ਼ਤੇ ਵੀ ਹਯਾ ਕਰਦੇ ਨੇ, ਅੱਲਾ ਦੇ ਮਲਾਇਕਾ। ਐਸੀ ਮਾਂ ਜਿਹੜੀ ਕਿਆਮਤ ਵਾਲੇ ਦਿਨ ਅੱਲਾ ਦੀ ਅਦਾਲਤ ਆਏਗੀ, ਆਵਾਜ਼ ਆਏਗੀ, ਲੋਗੋ ਆਪਣੀਆਂ ਆਪਣੀਆਂ ਨਜ਼ਰਾਂ ਝੁਕਾ ਲਓ, ਰਸੂਲੁੱਲਾ ਦੀ ਬੇਟੀ ਆ ਰਹੀ ਏ, ਹਸਨੈਨ ਕਰੀਮੈਨ ਦੀ ਮਾਂ ਆ ਰਹੀ ਏ, ਮਾਂ ਮਾਂ ਜੀ ਜੀ। ਇਹ ਜਿਹੀਆਂ ਮਾਵਾਂ ਅੱਲਾ ਕਰੇ ਸਾਡੀਆਂ ਮਾਵਾਂ ਨਾਲ ਕਿਰਦਾਰ ਹੋ ਜਾਏ। ਇਧਰ ਮੱਕਾ ਪਾਕ ਦਾ ਸ਼ਹਿਰ ਏ, ਮਾਂ ਦੀ ਗੱਲ ਪਿਆ ਕਰਨਾ ਵਾ, ਹਾਏ ਹਾਏ ਉਹ ਮੇਰੇ ਵੀਰੋ, ਸਿਰਫ ਤੇਰੀ ਤੇ ਮੇਰੀ ਮਾਂ ਨਹੀਂ, ਕਿਆਮਤ ਤੱਕ ਮੋਮਨਾ ਦੀ ਮਾਂ ਵੇ ਨਬੀ ਦੀ ਜ਼ੋਜਾ, ਕਿਆਮਤ ਤੱਕ ਮੋਮਨਾ ਦੀ ਮਾਂ ਉਮੁਲ ਮੋਮਿਨੀਨ ਹਜ਼ਰਤ ਅੰਮਾ ਖਦੀਜਤੁਲ ਕੁਬਰਾ ਰਜ਼ੀ ਅੱਲਾਹੁ ਤਾਲਾ ਅਨਹਾ।
جی جی میرے کریم نبی دے غلامو ذرا سنیو نا او میرے مسلمان ویرو مکہ پاک دا شہر اے اما صاحبہ فرماندیاں نے نبی پاک نے میرے کول اگے بھی کئی واری کہنا خدیجہ میں رب دی عبادت واسطے جا رہا وا غار حرا وچ چلے جانا جی جی غار وچ چلے جانا ایک موقع ای اجیا آ گیا دن زیادہ ہو گئے راشن چار دنہ دا میں پریشان ہو گئی میرا سرتاج مڑیا کوئی نہیں اللہ دے حبیب واپس نہیں آئے پتہ نہیں کملی والے دا کی حال ہوئے گا اے مومنہ دی ماں اس فکر نو لے کے وادی مکہ چو غلام نو لے کے کچھ خرد و لوش لے کے نکل پئیاں ادھروں نو کیلیاں پتھرا تے پیر رکھ دی ہوئی ماں چڑھ رہی ہے ادھروں جبریل آ رہے نے نبی پاک نو سلام عرض کیتا سرکار نے فرمایا جبریل کیویں آیا میں کملی والیاں ہنے کچھ دیر تو بعد ایک عورت نال تہاڈی ملاقات ہے آپ دی زوجہ قیامت تک مومنہ دی ماں میں جدا نا خدیجہ وے جدوں آ جاوے خدیجہ نو کویو نی بی بی اللہ تینو سلام پیا کہتا ہے اللہ سلام پیا کہتا ہے اور جنا ماما نے کردار ہے جی ہوما نا انہاں اللہ والو سلامی آدھی نے سلامی سنیو نا جی جی میرے بھائی خواج محمد دی زوجہ دے جناب سواب واسطے گل بیا کرنے اپنیا ماما بھینا بی بی آنو بچی آنو جا کے دسیو عزت والی بی بی شانہ والی ہون دیئے میرے نبی نے فرمایا جبریل رب نے اور کی آنکھے آئے کملی والیا سلام تو بات خدیجہ نو مومنہ دی ماں نو خوشخبری دے بیو نی خدیجہ تو اپنے خامند اللہ دے رسول دی خدمت گزاری واسطے نوکیلیاں پتھراں تے پیر رکھ دی پہاڑ پہی چڑھنی ہے ادھر اللہ جنت وچ تیرے واسطے موتیاں دا محل پیا بناندا ہے موتیاں دا محل ایسی ماں کردار ہوئے آئے آئے او میرے ویرو اما خدیجہ واسطے اللہ موتیاں دا ادھر ماں ام المومنین حضرت اما عائشہ صدیقہ رضی اللہ تعالی عنہا اے جیاں ماما اللہ پاک ساڈیا ماما نا کردار کرے جی جی میرے نبی دے نکاح وچ آئیاں کئی واری غربت آئی مائی صاحبہ کہندیاں نے میں نبی دے نکاح وچ آئیاں کئی دن ساڈے گھر دا چولہا نہ بلے ہونا ہی کچھ نہیں نبی نے کیا آشا اگر کمے تے میں آزاد کر سکنے ادھر بھوکے فاقہ وے صبرے اگر کریں تا انعام بڑا بڑا وے چاہمے تے آزاد عرض کیتی کملی والیاں میرا رب اگر ہزار سال زندگی دے وے بار بار دے وے میں آپ دے نکاح وچ رہنا پسند کروں گی اے جیاں ماں صبر والیاں استقامت والیاں حوصلے والیاں مائی صاحبہ کہندیاں نے میں نبی پاک نو کئی واری ویکھیا وے آئے قدموں میں اشرفیوں کا ڈھیر لگا ہوا تین دن سے پیٹ پر پتھر بندھا ہوا کسرا کے تاج روندنے کو پاؤں کے تلے اور بستر کھجور کا گھر میں بچھا ہوا بستر کھجور کا آئے مائی صاحبہ کی فرمانیاں ماں نہیں گل تساں سنا رہا ماشا صدیقہ دی گل بیا سنا ناواں مائی صاحبہ کہندیاں نے نبی دا بستر کیئے چمڑے دا غلاف ہے وچ کھجور دے پتے نے نبی پاک دی تلائی ہے تلائی بستر گدا گدا رسول اللہ جس واسطے اللہ نے کائنات بنائی کائنات ہائے ہائے قبضے میں جس کے ساری خدائی اس کا بچھونا ایک چٹائی کھانا تو دیکھو جو کی روٹی انچھنا آٹا روٹی موٹی وہ بھی شکم باری روز نہ کھانا وہ بھی شکم باری روز نہ کھانا صلی اللہ علیہ وسلم صلی اللہ علیہ وسلم صلی اللہ علیہ وسلم ماں دے
गल कर रहा जिन्हां दियां जूदियां ने कदर करे ओ मामा दा किरदार बड़ा उच्चा होंदा है। मां बाप उनको फायदा दे, फायदा उनको दे मां बाप को। और सुनिए अच्छा जी गरीब हो आखिरी जुमला क्योंकि नमाज असर भी बाकी मामला वक्त मुख्तसर है। अच्छा गरीब हो नौकर रखने भाई ख्वाज मोहम्मद की तरह नौ कर सकने दुआ बंदे नौ बुला सकने रोटी नौ दे सकने कह आख्या यार मैं तो आख्या तौफीक की तकर अल्लाह रसूल अगर तू आना मैं गरीब हाँ जी तो मैं तो नहीं आख्या तू इतना खर्चा कर हाय हाय नमाज कोई पैसा तो नहीं लगना नहीं हाय नमाज पढ़ हर नमाज पढ़ेगा अपना फर्ज अदा हो जाएगा अल्लाह दा उदे हुक्म दी तामील हो जाएगी नाले हर नमाज अपने वालदेन वास्ते दुआ भी हो जाए दुआ दुआ भी होवे सी।